ਪੰਜਾਬ ਵਿੱਚ ਨਸ਼ੇ ਕਾਰਨ ਬਹੁਤ ਨੌਜਵਾਨ ਆਪਣੀ ਜ਼ਿੰਦਗੀ ਤੋਂ ਹੱਥ ਧੋ ਰਹੇ ਹਨ। ਇਸੇ ਕਰਕੇ ਮਾਪੇ ਪਰੇਸ਼ਾਨ ਹਨ ਕਿ ਕਿਵੇਂ ਉਹਨਾਂ ਦਾ ਪੁੱਤ ਧੀ ਨਸ਼ੇ ਦੀ ਦਲਦਲ 'ਚੋਂ ਬਾਹਰ ਆਵੇ। ਜਿੱਥੇ ਪੰਜਾਬ ਵਿੱਚ ਨਸ਼ਾ ਛੱਡਣ ਲਈ ਕਈ ਨਸ਼ਾ ਛੁਡਾਓ ਕੇਂਦਰ ਵੀ ਖੋਲ੍ਹੇ ਗਏ ਹਨ, ਉੱਥੇ ਹੀ ਗੱਲ ਕਰੀਏ ਸੰਗਰੂਰ ਸਿਵਲ ਹਸਪਤਾਲ ਦੀ, ਤਾਂ ਇੱਥੇ ਵੀ ਇੱਕ ਨੌਜਵਾਨ ਨੂੰ ਭਰਤੀ ਕਰਵਾਇਆ ਗਿਆ ਸੀ। ਹਸਪਤਾਲ 'ਚ ਉਸਦਾ ਇਲਾਜ ਚੱਲ ਰਿਹਾ ਸੀ ਜਦੋਂ ਚੈਨਲ ਨੇ ਪ੍ਰਮੁੱਖਤਾ ਦੇ ਨਾਲ ਖ਼ਬਰ ਨੂੰ ਦਿਖਾਇਆ ਤਾਂ ਪ੍ਰਸ਼ਾਸਨ ਹਰਕਤ 'ਚ ਆਇਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ SHO ਬਲਜੀਤ ਸਿੰਘ ਨੇ ਕਿਹਾ ਕਿ ਪੀੜਿਤ ਨੌਜਵਾਨ ਨੂੰ ਨਸ਼ਾ ਛੁਡਾਓ ਕੇਂਦਰ ਵਿੱਚ ਭਰਤੀ ਕਰ ਦਿੱਤਾ ਗਿਆ ਸੀ। ਹਾਂਜੀ, SDM ਸਾਹਿਬ ਸੁਨਾਮ ਅਤੇ ਸਾਡੇ ਮੈਡੀਕਲ ਅਫਸਰ ਸਿਵਲ ਹੋਸਪਿਟਲ ਸੁਨਾਮ, ਉਹ ਆਪਣੀ ਟੀਮ ਦੇ ਨਾਲ ਇੱਥੇ ਇੱਕ ਸੁਨਾਮ ਤੋਂ ਪੇਸ਼ੈਂਟ ਲੈ ਕੇ ਆਏ ਨੇ, ਜਿਹਨੂੰ ਅਸੀਂ ਸਾਡੇ ਸਿਵਲ ਹੋਸਪਿਟਲ ਸੰਗਰੂਰ ਦੇ ਵਿੱਚ ਡੀ ਅਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕੀਤਾ। ਉਹ ਪੇਸ਼ੈਂਟ ਥੋੜ੍ਹਾ ਡਰੱਗ ਅਡਿਕਟ ਵਗੈਰਾ ਸੀ ਅਤੇ ਹੁਣ ਉਹਦਾ ਟ੍ਰੀਟਮੈਂਟ ਅਸੀਂ ਸ਼ੁਰੂ ਕਰ ਦਿੱਤਾ ਗਿਆ। ਨਹੀਂ, ਉਹਨੂੰ ਫਿਲਹਾਲ ਤਾਂ ਪੇਸ਼ੈਂਟ ਵਾਇਲੈਂਟ ਸੀ ਥੋੜ੍ਹਾ ਜਿਹਾ, ਉਹਨੂੰ ਟ੍ਰੀਟਮੈਂਟ ਉਹਦਾ ਸ਼ੁਰੂ ਕਰਤਾ, ਇਨਵੈਸਟੀਗੇਸ਼ਨਾਂ ਸਾਰੀਆਂ ਹਜੇ ਪੈਂਡਿੰਗ ਆ, ਉਹ ਚੱਲਣਗੀਆਂ, ਪੇਸ਼ੈਂਟ ਦਾ ਇਲਾਜ ਸਾਰਾ ਇੱਥੇ ਹੀ ਹੋਏਗਾ। ਸਾਡੇ ਕੋਲ ਜੀ ਇੱਕ ਮਰੀਜ਼ ਸਵੇਰੇ ਲੈ ਕੇ ਆਏ ਸੀ, ਉਹਦੀ ਥੋੜ੍ਹੀ ਮਾਨਸਿਕ ਹਾਲਤ ਠੀਕ ਨਹੀਂ ਸੀ, ਤਾਂ ਉਹਦੇ ਬਿਮਾਰੀ ਦੇ ਹਿਸਾਬ ਨਾਲ ਅਸੀਂ ਉਹਦਾ ਇਲਾਜ ਕਰ ਰਹੇ ਹਾਂ। ਐਵੇਂ ਤਾਂ ਨਹੀਂ ਕਿਹਾ ਜਾਏਗਾ ਕਿ ਕਿੰਨੇ ਹਾਲਾਤ ਖਰਾਬ ਨੇ, ਠੀਕ ਮਾਨਸਿਕ ਰੋਗ ਹੈ, ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਨੇ, ਉਹਦੇ ਹਿਸਾਬ ਨਾਲ ਆਇਆ ਅਤੇ ਉਹਦੇ ਹਿਸਾਬ ਨਾਲ ਇਲਾਜ ਹੋ ਰਿਹਾ ਹੈ। ਉੱਧਰ ਪੀੜਿਤ ਦੇ ਪਰਿਵਾਰਕ ਮੈਂਬਰਾਂ ਨੇ ਧੰਨਵਾਦ ਕਰ ਦਿਆ ਗਿਆ ਕਿ ਇਹ ਖਬਰ ਚਲਾਈ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ। ਉਹਨਾਂ ਨੇ ਕਿਹਾ ਕਿ ਮੇਰੀ ਦੋਹਤੀ ਦੀ ਜ਼ਿੰਦਗੀ ਹੁਣ ਬਚ ਜਾਏਗੀ, ਸਾਨੂੰ ਆਸ ਹੈ, ਅਸੀਂ ਤਾਂ ਇੱਕ ਵਾਰ ਬਿਲਕੁਲ ਹੀ ਉਮੀਦ ਛੱਡ ਬੈਠੇ ਸੀ, ਹੁਣ ਇੱਥੇ ਸਾਡੇ ਮਨ ਨੂੰ ਥੋੜ੍ਹੀ ਸ਼ਾਂਤੀ ਹੈ ਕਿ ਹਸਪਤਾਲ ਵਿੱਚ ਉਸ ਨੂੰ ਭਰਤੀ ਕਰਵਾਇਆ ਗਿਆ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਸਾਡੇ ਦੇ ਮੈਂ ਮੀਡੀਆ ਵਾਲੇ ਭਰਾਵਾਂ ਦੀ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਵੀਡੀਓ ਬਣਾਈ ਆ ਕੇ ਅਤੇ ਵੀਡੀਓ ਪਾਈ ਆ, ਦੁਨੀਆ ਤੱਕ ਪਹੁੰਚਾਈ ਹੈ, ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਸਾਡੀ ਇਹਨਾਂ ਕਾਰਨ, ਮੀਡੀਆ ਵਾਲਿਆਂ ਕਾਰਨ ਸਾਡੀ ਸੁਣਾਈ ਹੋ ਗਈ, ਅੱਜ ਸਾਡੇ ਬੱਚੇ ਨੂੰ ਚੱਕ ਕੇ ਲਿਆਏ ਨੇ ਇਹ ਇੱਥੇ। ਐਸ ਡੀ ਐਮ ਆਏ ਸੀ ਨਾਲ, ਕਾਫੀ ਮੁਲਾਜ਼ਮ ਆਏ ਸੀਗੇ, ਹੋਰ ਵੱਡੇ ਵੱਡੇ ਅਫਸਰ ਆਏ ਸੀ ਨਾਲ। ਵੈਸੇ ਮੈਂ ਸਾਡੇ ਵੀ ਦਿਮਾਗ 'ਤੇ ਲੋਡ ਪੈ ਰਿਹਾ ਉਹਦੇ ਕਾਰਨ। ਦੱਸ ਦਿੰਦੇ ਹਾਂ ਕਿ ਨਸ਼ੇ ਕਾਰਨ ਬਹੁਤ ਘਰਾਂ ਦੇ ਚਿਰਾਗ ਬੁੱਝੇ ਹਨ, ਇਸ ਲਈ ਨੌਜਵਾਨ ਪੀੜ੍ਹੀ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਉਹ ਇਸ ਦਲਦਲ 'ਚ ਨਾ ਫਸੇ। ਜਗਵਾਈ TV ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ।